ਸੋ ਸ਼ਹੀਦਾਂ ਦੀਆਂ ਯਾਦਾਂ 'ਤੇ ਲੱਗਣਗੇ ਹਰ ਬਰਸ ਮੇਲੇ। ਵਤਨ 'ਤੇ ਮਿਟਣ ਵਾਲਿਆਂ ਦਾ ਬਾਕੀ ਇਹੀ ਨਿਸ਼ਾਂ ਹੋਏਗਾ। ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਅੱਜ, ਜਿਸਦੇ ਚੱਲਦਿਆਂ ਕਈ ਥਾਵਾਂ 'ਤੇ ਸਮਾਗਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਅਤੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ। ਸੋ ਦੇਸ਼ ਦੀ ਆਜ਼ਾਦੀ ਦੇ ਲਈ ਆਪਣੀ ਜਾਨ ਦੀ ਪਰਵਾਹ ਕੀਤਿਆਂ ਬਗੈਰ ਇਹ ਆਜ਼ਾਦੀ ਦੀ ਲੜਾਈ ਜੋ ਸ਼ਹੀਦ ਆਜ਼ਮ ਭਗਤ ਸਿੰਘ ਨੇ ਲੜੀ, ਇਹਦੀ ਛੋਟੀ ਜਿਹੀ ਉਮਰ ਦੇ ਵਿੱਚ ਦੇਸ਼ ਦੇ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ, ਆਪਣੀ ਜਾਨ ਵਾਰ ਦਿੱਤੀ। ਅੱਜ ਉਹਨਾਂ ਦੇ ਜਨਮ ਦਿਹਾੜੇ ਮੌਕੇ ਉਹਨਾਂ ਨੂੰ ਦੇਸ਼ ਭਰ ਦੇ ਵਿੱਚ ਯਾਦ ਕੀਤਾ ਜਾ ਰਿਹਾ। ਵੱਖ ਵੱਖ ਥਾਵਾਂ 'ਤੇ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ ਅਤੇ ਵੱਖ ਵੱਖ ਥਾਵਾਂ 'ਤੇ ਅਜਿਹੇ ਸਮਾਗਮਾਂ ਰਾਹੀਂ ਸ਼ਹੀਦ ਭਗਤ ਸਿੰਘ ਨੂੰ ਯਾਦ ਕੀਤਾ ਜਾ ਰਿਹਾ। ਇਸੇ ਖਬਰ 'ਤੇ ਸਾਡੇ ਸਹਿਯੋਗੀ ਸ਼ੈਲੇਸ਼ ਸਾਡੇ ਨਾਲ ਨਵਾਂਸ਼ਹਿਰ ਤੋਂ ਲਾਈਵ ਜੁੜ ਚੁੱਕੇ ਨੇ। ਸ਼ੈਲੇਸ਼, ਤੁਹਾਡੇ ਤੋਂ ਜਾਣਨਾ ਚਾਹਾਂਗੇ, ਨਵਾਂਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਦੇ ਸਮਾਗਮਾਂ ਦਾ ਆਯੋਜਨ ਕੀਤਾ ਗਿਆ, ਕਿਸ ਤਰ੍ਹਾਂ ਸ਼ਹੀਦ ਭਗਤ ਸਿੰਘ ਨੂੰ ਯਾਦ ਕੀਤਾ ਜਾ ਰਿਹਾ? ਜੀ ਬਿਲਕੁਲ ਅੰਮ੍ਰਿਤ, ਜਿਹੜੇ ਕਿ ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਹੈਗਾ, ਤੁਸੀਂ ਦੇਖ ਰਹੇ ਹੋ ਕਿ ਖਟਕਾ ਕਿਲ੍ਹਾ ਵਿੱਚ ਪੂਰੀ ਤਿਆਰੀ, ਰਾਜ ਸਤਰੀ ਜਿਹੜਾ ਰਾਜ ਪੱਧਰੀ ਜਿਹੜਾ ਸਮਾਗਮ ਹੈ ਉਹ ਤਿਆਰੀ ਪੂਰੀ ਕਰ ਲਈ ਗਈ ਹੈ। ਜਿਹੜੇ ਕੈਬਨਿਟ ਮੰਤਰੀ ਨੇ ਪੰਜਾਬ ਦੇ ਸੁਰਜੀਤ ਸਿੰਘ ਰੰਧਾਵਾ ਉਹ ਆ ਸ਼ਿਰਕਤ ਕਰ ਰਹੇ ਨੇ ਯਹਾਂ ਪੇ। ਕੋਈ ਰੈਲੀ, ਕੋਈ ਖਾਸ ਆਯੋਜਨ ਨਹੀਂ ਕੀਤਾ ਗਿਆ, ਸਿਰਫ ਕਹਿੰਦੇ ਸਿਰਾ ਸੁਮਨ ਅਰਪਿਤ ਕਰਨਗੇ ਭਗਤ ਸਿੰਘ ਨੂੰ। ਉਸ ਤੋਂ ਬਾਅਦ ਯਹਾਂ ਪੇ ਇੱਕ ਸ਼ਹੀਦ ਭਗਤ ਸਿੰਘ ਦਾ ਨਾਟਕ ਮੰਚਨ ਕਰਵਾਇਆ ਜਾਏਗਾ। ਉਸ ਤੋਂ ਬਾਅਦ ਜਿਹੜਾ ਸੁਰਜੀਤ ਰੰਧਾਵਾ ਕੈਬਨਿਟ ਮੰਤਰੀ ਨੇ ਉਹ ਅੱਗੇ ਗੁਰੂ ਕਰਨਗੇ। ਤੁਹਾਨੂੰ ਦੱਸ ਦਈਏ ਕਿ ਜਿਹੜੇ ਕਿ ਇਹ ਸੁਖਮਨ ਮੰਤਰੀ ਰੰਧਾਵਾ ਨੇ ਉਹ ਯਹਾਂ ਪਹੁੰਚਣਗੇ 10:30 ਵਜੇ, ਔਰ ਯਹਾਂ ਪੇ ਜਿਹੜੇ ਆਮ ਲੋਕ ਨੇ ਉਹ ਵੀ ਸਰਦਾ ਸੁਮਨ ਅਰਪਿਤ ਕਰਨ ਲਈ ਪਹੁੰਚ ਰਹੇ ਨੇ। ਜੀ ਅੰਮ੍ਰਿਤ ਜੀ, ਸ਼ੈਲੇਸ਼, ਇੱਥੇ ਅਸੀਂ ਇਹ ਵੀ ਚਾਹਾਂਗੇ ਕਿ ਸਾਡੇ ਦਰਸ਼ਕਾਂ ਨੂੰ ਤਸਵੀਰਾਂ ਤੁਸੀਂ ਜ਼ਰੂਰ ਦਿਖਾਓ ਜੇ ਮੁਮਕਿਨ ਹੈ, ਸਮਾਗਮ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ। ਜੀ ਬਿਲਕੁਲ, ਤੁਹਾਨੂੰ ਦੱਸਾਂਗੇ ਮੇਰੇ ਜਿਹੜੇ ਸਹਿਯੋਗੀ ਨੇ ਉਹ ਦਿਖਾਣਗੇ ਕਿ ਕੌਣ ਕੌਣ ਯਹਾਂ ਪੇ ਨੇ, ਸਾਰੇ ਪਹੁੰਚੇ ਨੇ ਲੋਕ ਜਿਹੜੇ ਪਹੁੰਚੇ ਨੇ ਉਹ ਦਿਖਾਣਗੇ। ਹੁਣ ਲੋਕ ਨੇ ਪਹੁੰਚ ਚੁੱਕੇ ਨੇ ਯਹਾਂ ਪੇ ਔਰ ਸਾਰੇ ਤਿਆਰੀ ਪੂਰੀ ਕਰ ਰੱਖੇ ਨੇ। ਤੁਸੀਂ ਦੇਖੋ ਜੇ ਲੋਕ ਨੇ ਭਗਤ ਸਿੰਘ ਦੇ ਜਿਹੜੇ ਨੁਮਾਇੰਦੇ ਨੇ ਜਾਂ ਲੋਕ ਨੇ ਜਿਹੜੇ ਉਹ ਚਾਹੁੰਦੇ ਨੇ ਕਿ ਭਗਤ ਸਿੰਘ ਨੂੰ ਸਹੀ ਦਰਜਾ ਮਿਲੇ, ਉਹ ਵੀ ਸਾਰੇ ਪਹੁੰਚ ਚੁੱਕੇ ਨੇ ਯਹਾਂ ਪੇ। ਔਰ ਤੁਸੀਂ ਦੇਖ ਰਹੇ ਸਾਰੇ ਯਹਾਂ ਪੇ ਮੌਜੂਦ ਨੇ ਔਰ ਭਗਤ ਸਿੰਘ ਸਰਦਾ ਸੁਮਨ ਅਰਪਿਤ ਕਰਨ ਲਈ ਯਹਾਂ ਪਹੁੰਚ ਚੁੱਕੇ ਨੇ। ਲੋਕਾਂ ਦੇ ਨਾਲ ਗੱਲਬਾਤ ਸੰਭਵ ਹੈ? ਆਪਾਂ ਲੋਕਾਂ ਨਾਲ ਗੱਲਬਾਤ ਕਰਦੇ, ਉਹ ਦੇਖਦੇ ਕਿ ਉਹ ਚਾਹੁੰਦੇ ਇਹੀ ਕਿ ਜਿਹੜੇ ਭਗਤ ਜਿਹੜੇ ਸ਼ਹੀਦ ਦਾ ਦਰਜਾ ਦੇਣ ਵਾਸਤੇ ਉਹ ਲੋਕ ਬਹੁਤ ਮਨੇ ਪੂਜਾ ਕਰ ਰਹੇ। ਹਾਂਜੀ ਹਾਂਜੀ, ਆਪਣਾ ਨਾਮ ਕੀ ਹੈ ਜੀ? ਮੇਰਾ ਨਾਮ ਜਸਵੰਤ ਸਿੰਘ ਭਾਲਡਾ ਜੀ। ਤੁਸੀਂ ਅੱਜ ਕੀ ਕਰ ਰਹੇ ਹੋ ਆਪੇ? ਅਸੀਂ ਜੀ 3 ਮਾਰਚ 2018 ਤੋਂ ਭਗਤ ਸਿੰਘ ਜੀ, ਰਾਜਗੁਰੂ ਸੁਖਦੇਵ ਊਧਮ ਸਿੰਘ ਦੇਸ਼ ਦੇ ਸ਼ਹੀਦ ਹੈ। ਇਹਨਾਂ ਨੂੰ ਕਿਸੇ ਵੀ ਸਰਕਾਰ ਨੇ ਅਭੀ ਤੱਕ ਸ਼ਹੀਦੀ ਦਾ ਦਰਜਾ ਨਹੀਂ ਦਿਆ ਜੀ, ਤੋ ਇਨਕੋ ਸ਼ਹੀਦੀ ਦਾ ਦਰਜਾ ਦਿਲਵਾਣੇ ਕੇ ਲੀਏ ਹਮ ਜਹਾਂ ਧਰਨਾ ਦੇ ਕੇ ਗਾਓ ਮੇਂ ਧਰਨਾ ਦੀਏ, ਇੱਕ ਮਹੀਨਾ ਦਿੱਲੀ ਜੰਤਰ ਮੰਤਰ ਮੇਂ ਧਰਨਾ ਦੀਆ। ਅਭੀ 14 ਜੁਲਾਈ ਸੇ ਵਾਰਾਣਸੀ ਮੋਦੀ ਜੀ ਕਾ ਜੋ ਛੇਤਰ ਹੈ ਵਹਾਂ ਧਰਨੇ ਪੇ ਬੈਠੇ ਥੇ, ਜੋਗੀ ਜੀ ਵਹਾਂ ਹਮਾਰੇ ਪਾਸ ਆਏ, ਉਹ ਦਿੱਲੀ ਸੇ ਮੰਤਰੀ ਆਏ, ਉਹਨਾਂ ਨੇ ਉਠਾ ਦਿਆ ਕਿ 2-4 ਮਹੀਨੇ ਦਾ ਮੁੱਦਾ ਹੱਲ ਹੋ ਜਾਏਗਾ। ਹਾਂ, ਤੁਸੀਂ ਦੇਖ ਰਹੇ ਕਿ ਜਿਹੜੇ ਲੋਕ ਨੇ ਉਹ ਇਹ ਕਹਿੰਦੇ ਕਿ ਭਗਤ ਸਿੰਘ ਨੂੰ ਸ਼ਹੀਦ ਦਰਜਾ ਦਿਲਾਉਣ ਵਾਸਤੇ ਲੋਕ ਬਹੁਤ ਕਟੀਬੱਧ ਨੇ, ਲੋਕ ਬਣ ਤਿਆਰ ਨੇ। ਯਹਾਂ ਪੇ ਨਵਾਂ ਸਰ ਖਟਕਾ ਕਲਾਂ ਵਿਖੇ ਵੀ ਇੱਕ ਲਗਾਤਾਰ ਧਰਨਾ ਦਿੱਤਾ ਸੀ ਨਰਿੰਦਰ ਮੋਦੀ, ਉਹਨਾਂ ਦੇ ਜਿਹੜਾ ਪੁਰਾਣਾ ਹੈਗਾ ਖੇਤਰ ਸੰਤਰੀ ਖੇਤਰ, ਉੱਥੇ ਵੀ ਜਾ ਕੇ ਨਾ ਖੜਨਾ ਦਿੱਤਾ ਇਹਨਾਂ ਨੂੰ। ਆਸ਼ਵਾਸਨ ਦਿੱਤਾ ਗਿਆ ਕਿ ਬਹੁਤ ਜਲਦੀ ਸ਼ਹੀਦੀ ਦਾ ਦਰਜਾ ਦਿੱਤਾ ਜਾਏਗਾ ਸ਼ਹੀਦ ਭਗਤ ਸਿੰਘ ਨੂੰ। ਜੀ ਅਮਿਤਾ
ਜੀ ਸ਼ੈਲੇਜ, ਬਹੁਤ ਸਾਰੇ ਲੋਕ ਇੱਥੇ ਨਜ਼ਰ ਆ ਰਹੇ ਨੇ, ਤਸਵੀਰਾਂ ਵੀ ਅਸੀਂ ਚਾਹਵਾਂਗੇ ਤੁਸੀਂ ਸਾਡੇ ਦਰਸ਼ਕਾਂ ਨੂੰ ਜੇ ਇੱਕ ਵਾਰ ਫਿਰ ਤੋਂ ਦਿਖਾ ਸਕਦੇ ਹੋ, ਤੁਹਾਡੇ ਰਾਹੀਂ ਤੁਹਾਡੇ ਕੈਮਰੇ ਦੀ ਨਜ਼ਰ ਰਾਹੀਂ ਸਾਡੇ ਦਰਸ਼ਕਾਂ ਤੱਕ ਇਹ ਤਸਵੀਰਾਂ ਵੀ ਪਹੁੰਚਦੀਆਂ ਜ਼ਰੂਰ ਕਰਨਾ ਚਾਹਵਾਂਗੇ। ਸ਼ੈਲੇਸ਼, ਕੀ ਤੁਹਾਨੂੰ ਆਵਾਜ਼ ਮਿਲ ਪਾ ਰਹੀ ਹੈ? ਹਲੇ ਵੀ ਜਿਹੜੇ ਨਤਮਸਤਕ ਹੋਣ ਵਾਸਤੇ ਸ਼ਹੀਦ ਭਗਤ ਸਿੰਘ ਜੀ ਨੂੰ, ਤੁਸੀਂ ਦੇਖ ਰਹੇ ਹੋ ਕਿ ਲੋਕ ਦਾ ਰੁਝਾਨ ਦਿਨ ਦਿਨ ਵੱਧਦੇ ਜਾ ਰਿਹਾ, ਲੋਕ ਆ ਰਹੇ ਨੇ, ਜਿਸ ਤਰ੍ਹਾਂ ਮੌਸਮ ਖੁੱਲਦਾ ਜਾ ਰਿਹਾ ਹੈ, ਮਨੇ ਲੋਕ ਮਨੇ ਸਰਕਾਰੀ ਸਮਾਗਮ ਦੇ ਬਾਅਦ ਲੋਕ ਆਉਂਦੇ ਜਾਂਦੇ ਰਹਿਣਗੇ ਯਹਾਂ ਪੇ। ਹਲੇ ਸਿਰਫ ਸੁਖਿਆ ਰੰਧਾਵਾ ਸਰਕਾਰੀ ਵੱਲੋਂ ਸਰਕਾਰ ਵੱਲੋਂ ਜਿਹੜਾ ਉਲੀਕਾ ਗਿਆ ਸੀ ਰਾਜ ਸਤਰੀ ਪ੍ਰੋਗਰਾਮ, ਉੱਥੇ ਪਹੁੰਚੇ ਨੇ। ਹਲੇ ਤੱਕ ਔਰ ਵੀ ਕੋਈ ਅਧਿਕਾਰੀ ਹੈ, ਕੋਈ ਸਮਾਗਮ ਯਹਾਂ ਤਾਂ ਨਹੀਂ ਹੈਗੀ, ਕੋਈ ਵੀ ਸਟੇਜ ਨਹੀਂ ਲੱਗ ਰਹੀ ਯਹਾਂ ਪੇ, ਜਬਕਿ ਹਰ ਵਾਰ ਯਹਾਂ ਪੇ ਜਿਹੜਾ ਕਿ ਉਹ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ, ਤਾਂ ਯਹਾਂ ਪੇ ਹਰ ਰਾਜਨੀਤਿਕ ਪਾਰਟੀ ਵੱਲੋਂ ਯਹਾਂ ਪੇ ਲਗਾਇਆ ਜਾਂਦਾ, ਲੇਕਿਨ ਇਸ ਵਾਰ ਸਿਰਫ ਜਿਹੜਾ ਜਨਮ ਦਿਹਾੜਾ ਮਨਾਇਆ ਜਾ ਰਿਹਾ, ਇਸ ਵਿੱਚ ਕਿ ਕਭੀ ਵੀ ਕੋਈ ਸਟੇਜ ਨਹੀਂ ਲੱਗਦੀ ਹੈ। ਜੀ ਅਮਰੀਤ।